ਸਤਿ ਸ਼੍ਰੀ ਅਕਾਲ ਜੀ, ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਅੱਜ ਆਪਾਂ ਚੱਲੇ ਹਾਂ ਪਿੰਦੀ ਸਿੱਧੂ ਕੋਲ, ਅਤੇ ਨਾਲ ਬਾਈ ਸੇਵਕ ਦਿਖਾਉਂਦੇ ਹਾਂ ਤੁਹਾਨੂੰ ਜਾ ਕੇ ਬਾਈ ਦੀ ਹਵੇਲੀ, ਅਤੇ ਬਾਕੀ ਹੋਰ ਵੀ ਜਾਣਕਾਰੀ ਵਾਲੀਆਂ ਗੱਲਾਂ ਕਰਦੇ ਹਾਂ ਬਾਈ ਦੇ ਨਾਲ। ਆ ਜਾਓ ਜੀ। ਲਓ ਜੀ, ਆਪਾਂ ਆ ਗਏ ਸੀਗੇ ਬਾਈ ਪਿੰਦੀ ਕੋਲ, ਅਤੇ ਦਿਖਾਉਂਦੇ ਤੁਹਾਨੂੰ ਹੁਣ ਬਾਈ ਦੀ ਹਵੇਲੀ। ਪਹਿਲਾਂ ਮੇਨ ਐਂਟਰੀ ਕਰਦੇ ਹਾਂ ਆਪਾਂ, ਦੇਖੋ ਜੀ ਮੇਨ ਗੇਟ ਦੇਖੋ ਬਾਈ। ਬਾਕੀ ਬਾਈ ਤੋਂ ਆਪਾਂ ਨੌਲੇਜ ਲੈਂਦੇ ਹਾਂ ਬਾਈ ਦਾ ਕਿਵੇਂ ਮੱਝਾਂ ਵਾਲੇ ਪਾਸੇ ਆਇਆ, ਪਹਿਲਾਂ ਬਾਈ ਦੇ ਕੁੱਤੇ ਰੱਖੇ ਹੁੰਦੇ ਸੀ, ਫਿਰ ਕੁੱਤਿਆਂ ਤੋਂ ਕਿਵੇਂ ਹੌਲੀ ਹੌਲੀ ਕਾਰੋਬਾਰ ਵੱਧਦਾ ਵੱਧਦਾ ਮੱਝਾਂ ਵਾਲੇ ਪਾਸੇ ਨੂੰ ਆਇਆ, ਅਤੇ ਅੱਜ ਬਾਬੇ ਨਾਨਕ ਨੇ ਐਡੀ ਹਵੇਲੀ ਵਾਲਾ ਕਰਤਾ ਬਾਈ। ਨਿੱਕੇ ਘਰ ਤੋਂ ਉੱਠਿਆ ਹੋਇਆ ਬਾਈ, ਪੂਰੀ ਜਾਣਕਾਰੀ ਆਪਾਂ ਬਾਈ ਦੇ ਨਾਲ ਕਰਦੇ ਹਾਂ। ਖੋਲ੍ਹਦੇ ਹਾਂ ਜੀ ਮੇਨ ਗੇਟ, ਦੇਖੋ ਪਹਿਲਾਂ। ਨਵਾਂ ਜਿਹੜਾ ਝੋਟਾ ਲੈ ਕੇ ਆਇਆ ਨਾਗ, ਜਿਹੜਾ ਕਹਿੰਦੇ ਤੂਤੀ ਬੋਲਦੀ ਪੰਜਾਬ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਫੁੱਲ ਆ ਝੋਟੇ ਦੀ, ਅਤੇ ਇਹ ਸਰਕਾਰੀ ਝੋਟਾ ਸੀਗਾ, ਅਤੇ ਬਾਈ ਨੇ ਜਿਹੜਾ ਇਹ ਲੈ ਆਉਂਦਾ ਜੀ। ਹੁਣ ਇਹਦਾ ਥੋੜ੍ਹੇ ਟਾਈਮ ਤੀਕਰ ਜਿਹੜੇ ਸੀਮਣ ਵੀ ਤਿਆਰ ਹੋ ਜਾਣਗੇ, ਠੰਡਾ ਅਤੇ ਵਧੀਆ ਰਹੀਦਾ ਜੀ। ਸਪੀਕਰ ਲੱਗੇ ਹੋਏ ਆ, ਅਤੇ ਮੂਸੇਵਾਲ ਦੇ ਗਾਣੇ ਚੱਲਦੇ ਰਹਿੰਦੇ ਆ। ਚੱਲਦੇ ਹੋਰ ਮੂਸੇਵਾਲ ਦੇ ਗਾਣੇ ਬਾਈ? ਠੀਕ ਆ, ਇਹ ਬਾਈ ਦੇ ਨਾਲ ਦੇ ਆ। ਬਾਕੀ ਰਾਤ ਨੂੰ ਫਿਰ ਇੱਥੇ ਕਰ ਦਿੰਦਾ ਬਾਈ ਪਸ਼ੂ ਬਾਹਰ, ਅਤੇ ਬਾਕੀ ਕਰਦੇ ਹਾਂ ਆਪਾਂ ਬਾਈ ਦੇ ਨਾਲ ਗੱਲਬਾਤ ਵੀ। ਅਤੇ ਜਿਹੜੇ ਮੇਰੇ ਵੀਰ ਨਵੇਂ ਆਏ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬਹੁਤ ਘੈਂਟ ਘੈਂਟ ਵਲੌਗ ਦੇਖਣ ਦੇ ਲਈ। ਵੀ ਠੀਕ ਆ, ਬਾਕੀ ਸਾਰੇ ਜਿੰਨੇ ਵੀ ਜਾਨਵਰ ਬਾਈ ਦੇ ਹੈ ਨਾ, ਬਲੈਕ ਗੋਲਡ, ਇਹ ਸਾਰਿਆਂ ਦੀ ਜਾਣਕਾਰੀ ਆਪਾਂ ਨੂੰ ਬਾਈ ਦਊਗਾ। ਬਸ ਉੱਧਰ ਥੋੜ੍ਹਾ ਕੁ ਫ੍ਰੀ ਹੋ ਜਾਣ। ਪਰ ਹਰ ਇੱਕ ਬੰਦਾ ਕਹਿੰਦਾ ਕਰੇ ਵੀ ਫਿੱਟ ਨਹੀਂ, ਅਤੇ ਜਦੋਂ ਐਂ ਕਹਿੰਦਾ ਕਰੇ ਫਿੱਟ ਨਹੀਂ, ਅਤੇ ਵੀ ਜਿਵੇਂ ਮੈਂ ਯਾਰ ਦੋਸਤ ਨੂੰ ਪੁੱਛਿਆ ਜਿਵੇਂ ਕਰਮਾ ਜੀ ਆ ਕੀ ਗੱਲ ਉਹਨੂੰ ਫਿੱਟ ਗਿਆ ਨਹੀਂ। ਹਾਂਜੀ, ਉਹ ਕਹਿੰਦਾ ਵੀ ਜਿਹੜੀ ਇਹ ਫਿੱਟ ਆਏ ਨਹੀਂ, ਕਹਿੰਦਾ ਜਦੋਂ ਮੰਨ ਲਾ ਇਹ ਮਿਲੀ, ਕਹਿੰਦਾ ਇੰਡੀਆ 'ਤੇ ਜਾ ਕੇ ਥੋੜ੍ਹਾ ਜਿਹਾ ਹਿੱਲ ਗਈ, ਅੱਧਾ ਕੁ ਲੀਟਰ ਦੁੱਧ ਰੱਖ ਕੇ, ਕਹਿੰਦਾ ਖਾਣਾ ਛੋਟਾ ਅਤੇ ਉਵੇਂ ਪੋਲੇ ਕਰਡਾਈ ਨਹੀਂ ਹੁੰਦੀ। ਅਤੇ ਮੈਂ ਕਿਹਾ ਦੁੱਧ ਕਿੰਨਾ ਸੀ? ਦੁੱਧ ਕਹਿੰਦਾ ਯਕੀਨ ਨਹੀਂ, ਟੋਕਰ ਮੱਝ ਦਾ ਕਹਿੰਦਾ 9 ਕਿਲੋ 600 ਗ੍ਰਾਮ ਹੈ, ਆਥਣ ਦਾ ਤੜਕੇ ਦਾ 9 ਕਿਲੋ 400 ਗ੍ਰਾਮ ਹੈ। ਚੱਲ ਤੀਜੇ ਡੰਗ ਮੈਨੂੰ ਜੈ ਸਿੰਘ ਦਾ ਫੋਨ ਆ ਗਿਆ, ਮੈਨੂੰ ਕਹਿੰਦਾ ਕਿਵੇਂ ਆ ਪਿੰਦੀ, ਵਧਣੀ ਆਉਂਦਾ? ਮੈਂ ਠੀਕ ਆ। ਕਹਿੰਦਾ ਕਿਵੇਂ? ਉਹ ਆਏ ਨਹੀਂ ਬੰਦੇ, ਮੈਂ ਕਿਹਾ ਯਾਰ ਬੰਦੇ ਤਾਂ ਜਵਾਬ ਦੇ ਕੇ ਮੈਂ ਆਉਣਾ। ਤੀਜੇ ਡੰਗ ਮੈਂ ਚੋਲੀ, ਮੈਂ ਜਾ ਕੇ ਚੋਲੀ, ਉਦੋਂ ਫਿਰ 600 ਗ੍ਰਾਮ ਦੁੱਧ ਹੀ 9 ਕਿਲੋ। ਅੱਛਾ ਜੀ, ਤਾਂ ਮੈਨੂੰ ਜਿੰਨੇ ਦੁੱਧ ਵਾਲੀ ਚਾਹੀਦੀ ਚਾਹੀਦੀ ਹੈ, ਅਤੇ ਇੱਕ ਰਹਿੰਦੀ ਹੁੰਦੀ ਥੋੜ੍ਹੀ ਜਿਹੀ ਵੀ ਜੈ ਸਿੰਘ ਨੇ ਮਾੜਾ ਸਾਫੀ ਵਾਲਾ ਔਫਰ ਦਿੱਤਾ ਸੀ, ਉਹ ਕਹਿੰਦਾ ਇੰਨੇ ਕੁ ਦੀ ਆਈ ਹੈ ਤੂੰ ਲੈ ਜਾ, ਤਾਂ ਮੈਂ 1.5 ਲੱਖ ਤੋਂ ਘੱਟ ਹੀ ਲਿਆ ਸੀ ਉਦੋਂ ਤੋਂ ਉੱਪਰ। ਠੀਕ ਹੈ, ਅਤੇ ਮਗਰ ਕੱਟੀ ਸੀਗੀ, ਅਤੇ ਫਿਰ ਜਦੋਂ ਬਾਈ ਘਰੇ ਲਿਆਂਦੀ,
ਘਰੇ ਲਿਆ ਕੇ ਇੱਕ ਉਦੋਂ ਪਸ਼ੂ ਥੋੜੇ ਹੁੰਦੇ ਸੀ, ਚਾਹ ਬੜਾ ਹੁੰਦਾ ਸੀ, ਜਦੋਂ ਘਰੇ ਆ ਕੇ ਸਾਹਮਣੇ ਤੇ 23 ਕਿਲੋ ਦੁੱਧ ਜਾਵੜੇ ਜੀ ਧੁੱਕੜੀ। ਹਾਂਜੀ ਬਿਲਕੁਲ। ਅੱਛਾ ਬਈ, ਸਭ ਤੋਂ ਪਹਿਲਾਂ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਜੀ ਖੁਦ ਤੱਕ ਮੇਰਾ ਦਿਮਾਗ ਦੇ ਵਿੱਚ ਆਏਗਾ ਵੀ ਇੱਕ ਅੱਧਾ ਹੋਰ ਤਾਂ ਕੋਈ ਹੋ ਸਕਦਾ, ਇੱਕ ਦੋ ਵੀ ਹੋ ਸਕਦੇ ਆ, ਪਰ ਜਿਹੜਾ ਲੈ ਵਾਲਾ ਕਰੇਜ ਆ ਉਹ ਸਿੱਧ ਕਟਹਿਰੀ ਫਾਰਮ ਦੇ ਜਗਜੀਤ ਤੇ ਮੈਂ ਹੀ ਚਲਾਇਆ ਸੀਗਾ। ਜਗਜੀਤ ਨੇ ਮਤਲਬ ਲੋਕਾਂ ਨੇ ਚਲਾਉਣ ਲੱਗਾ ਜੀ, ਜਦ ਜਾਣੀ ਕਿ ਫਾਰਮ ਵਾਲੀ ਮੈਂ ਚਲਾਈ ਸੀ ਆਪਦੀ। ਅੱਛਾ ਜੀ। ਇਹਦੀ ਲੈਬ ਚਲਵਾ ਲਈ, ਉਦੋਂ ਲੈਬ ਦਾ ਇਹ ਨਹੀਂ ਪਤਾ ਹੁੰਦਾ ਸੀ ਵੀ ਆਪਾਂ ਪੇਜ ਤੇ ਕਰਨੀ ਆ, ਉਹਦੇ ਇੱਕ ਗਰੁੱਪ ਨਹੀਂ ਬਣੇ ਹੁੰਦਾ ਸੀ ਵੀ ਇਹਦੇ 'ਚ ਲੱਖ ਬੰਦਾ ਯਾਰ ਉਹਦੇ 'ਚ ਇਹ ਚਵਾਉਂਦੇ ਤੇ ਇਹਨੂੰ ਮਿਲੀਅਨ ਵਿਊ ਆ ਜਾਂਦੇ ਜੀ। ਅੱਛਾ। ਇਹਨੇ ਫਿਰ ਉਦੋਂ 22-23 ਲੀਟਰ ਦੁੱਧ ਚਖਾਇਆ ਧੋਕੜ ਨੇ। ਠੀਕ ਹੈ। ਤਾਂ ਫਿਰ ਜਿਵੇਂ ਧੋਕੜ ਆਹ ਹਾਲਾਤ ਥੋੜ੍ਹੀ ਜ਼ਿਆਦਾ ਲਿਸੀ ਸੀ, ਇਹਨੂੰ ਐਤੀ ਲਿਸੀ ਆਈ ਵੀ ਕਰਾਈ ਤੀ। ਹਾਂਜੀ। ਠੀਕ ਹੈ। ਜ਼ਿਆਦਾ ਮਗਰਲੀ ਵਾਰ ਇਹਨੂੰ ਅੱਡ ਦਾਣਾ ਪਾਉਣਾ, ਹੋਰ ਪਾਉਣਾ, ਫੀਡ ਆਈ ਤੀ ਵੀ ਪੂਰੀ ਵਧੀਆ 9-10 ਕਿਲੋ ਹੈ, ਪਰ ਇਹ ਥੋੜ੍ਹੀ ਜਿਹੀ ਖਾਰ ਮੰਨਣ ਲੱਗ ਜਾਂਦੇ। ਉਦੋਂ ਅਸੀਂ 2 ਕਿਲੋ ਦਾਣਾ ਪਾਉਂਦੇ ਸੀ, ਅੱਡ ਕੱਖ ਪਾਉਂਦੇ ਸੀ। ਇਹ ਪਹਿਲੀ ਵਾਰ ਚਾਰ ਚੂਰ ਜਦੋਂ ਮੈਂ ਛਡਾਇਆ, ਉਸ ਤੋਂ ਬਾਅਦ ਪਹਿਲੀ ਵਾਰ ਇਹ ਲਿਸੀ ਹੋਈ ਆ ਇੱਥੇ। ਠੀਕ ਹੈ। 2-3 ਸਾਲਾਂ ਵੱਧੋ। ਹਾਂ। ਤਾਂ ਫਿਰ ਇਹੋ ਜਿਹੀ ਹਾਲਾਤ ਹੈ, ਜਦੋਂ ਭਾਈ ਇਹ ਸੂਣ ਵਾਲੀ ਹੋਈ ਨਾ, ਇਹ ਇੰਨੀ ਕੁ ਜ਼ਿਆਦਾ ਤਿਆਰ ਹੋ ਗਈ, ਮਤਲਬ ਹਰਿਆਣੇ ਦੇ ਜਿੰਨੇ ਵੀ ਵੱਡੇ ਬਰੀਡਰ ਸੀਗੇ ਸਾਰੇ ਬੰਦੇ ਐਂ ਮੰਜੇ 'ਤੇ ਇਕੱਠੇ ਬੈਠੇ ਸਾਰੇ। ਠੀਕ ਹੈ। ਅਰਜਨ ਵਾਲੇ ਹੋ ਗਏ, ਤਾਂ ਤੇਲੂ ਵਾਲੇ ਹੋ ਗਏ, ਹੋਰ ਵੀ ਭਰਾ ਬਹੁਤ ਹੋ ਗਏ, ਹੈ ਨਾ, ਨਾਂ ਲੈਣੇ ਕਈ ਵਾਰੀ ਔਖੇ ਪੈਂਦੇ ਆ। ਤਾਂ ਰਮੇਸ਼ ਵਰਗ ਉਹ ਕਹਿੰਦੇ ਕਿ ਮੱਝ ਸਾਨੂੰ ਦੇ ਦੇਣਾ ਆਗਣੇ। ਅੱਛਾ। ਆਪਾਂ ਕੋਈ ਆਪਣ ਤੋਂ ਕਿਤੇ ਐਂ ਸੋਚਿਆ ਵੀ ਨਹੀਂ ਸੀ ਯਾਰ ਵੀ ਇੰਨੇ ਦੇ, ਪਰ ਇੰਨਾ ਕੁ ਜ਼ਰੂਰ ਸੋਚਦੇ ਹੁੰਦੇ ਸੀ ਵੀ ਜੇ ਕੋਈ ਕਹਿੰਦਾ ਸੀ ਵੀ ਮੇਰਾ ਬੱਚਾ ਯਾਰ ਐਂ ਵਿਕ ਗਿਆ, ਮੈਨੂੰ ਐਂ ਹੁੰਦਾ ਸੀ ਵੀ ਮੈਂ ਕਿਸੇ ਦਿਨ ਵੇਚੂੰ, ਜੇ ਲੋਕ ਕਹਿੰਦੇ ਹੁੰਦੇ ਸਾਡੀ ਮੱਝ 'ਚ 10 ਲੱਖ ਲੱਗ ਗਿਆ, 12 ਲੱਖ ਗਿਆ, ਮੈਨੂੰ ਆਪਣੇ ਆਪ 'ਤੇ ਮਾਣ ਸੀ ਵੀ ਕਿਸੇ ਦਿਨ ਆਪਣੇ ਕੋਲ ਵੀ ਇਹੋ ਜਿਹਾ ਪਸ਼ੂ ਪੈਦਾ ਹੋਊਗਾ। ਤਾਂ ਮੈਨੂੰ ਉਹ ਕਹਿੰਦੇ ਵੀ ਤੂੰ 10 ਪੈਸੇ, ਮੈਂ ਕਿਹਾ ਯਾਰ ਪੈਸੇ ਆਪਾਂ ਵੇਚਣੇ ਨਹੀਂ, ਤੇ ਜਿਹੜੇ ਜ਼ਿਆਦਾ ਯਾਰ ਦੋਸਤਾਂ ਅਗਲਾ ਕਹਿੰਦਾ ਯਾਰ ਫਲਾਣੇ ਬੰਦੇ ਬੈਠੇ ਤੈਨੂੰ 12 ਲੱਖ ਦਵਾ ਦਿੰਦੇ ਹਾਂ, ਤੈਨੂੰ 12 ਲੱਖ ਦਵਾ ਦੇ ਤਿਆਂ ਤੂੰ ਦੇ ਦੇ। ਤਾਂ ਮੁਕਾਬਲਾ ਸੀਗਾ ਉਦੋਂ ਸਕਵੀ ਢਾਂਡੇ ਵਰਗਾਂ ਦੇ ਨਾਲ ਹੀ। ਠੀਕ ਹੈ। ਤਾਂ ਉਦੋਂ ਬਾਅਦ ਫਿਰ ਮੈਂ 19 'ਚ ਮੈਂ ਕਿਹਾ ਨਹੀਂ ਯਾਰ ਆਪਾਂ ਦੇਣੀ ਨਹੀਂ ਕਿਸੇ ਨੂੰ, ਫਿਰ 19 ਦੇ ਵਿੱਚ ਆਪਣਾ ਮੁਕਾਬਲਾ ਪਿਆ। ਮੈਂ ਨੈਚੁਰਲ ਬੰਦਾ ਇਕੱਲਾ ਸੀ ਜਿਹਦਾ ਐਂ ਤੰਬੂ ਦੇ ਵਿੱਚ ਸਾਰੇ ਫੁੱਲੀਆਂ ਦੇ ਵਿਚਾਲੇ ਬਿਸਤਰੇ, 3 ਤੰਬੂ ਸਾਈਡ ਤੇ ਲੱਗੇ ਹੋਏ, ਸਾਰੇ ਯਾਰ ਦੋਸਤ ਐਂ ਪਸ਼ੂਆਂ 'ਚ ਹੀ ਰਹੇ। ਬਥੇਰੇ ਲੋਕ ਮੈਨੂੰ ਕਹਿਣ ਵੀ ਮੱਝਾਂ ਦੇ ਵਿੱਚ ਬੰਦੇ ਨਹੀਂ ਅਸੀਂ ਖਾਣ ਨਹੀਂ ਦਿੰਦੇ, ਤੇਰੀਆਂ ਮੱਝਾਂ ਉਹਨੂੰ ਫਿਰੀ ਜਾਂਦਾ। ਹਾਂਜੀ। ਮੈਂ ਕਿਹਾ ਯਾਰ ਮੱਝ ਪਾਉਂਦੀ ਕੁਛ ਮਰਜ਼ੀ ਹੋ ਜੇ, ਆਪਾਂ 11 ਦੋਸਤਾਂ ਨੂੰ ਰੋਕਣਾ, ਆਪਾਂ 11 ਦੋਸਤਾਂ ਦੇ ਵਾਸਤੇ ਬਸ ਪਸ਼ੂ ਜਾਂਦੇ ਇੱਥੇ। ਹਾਂ। ਇਹ ਮੇਲਾ 11 ਨਾਲ ਹੀ ਹੁੰਦਾ। ਹਾਂਜੀ। ਪਸ਼ੂ ਨੇ ਜਿੱਤ ਹਾਰ ਰਾਤ ਕਰਮਾਂ ਦੀ ਹੈ। ਆਪਣੀਆਂ ਮੱਝਾਂ ਦੇਖ ਲਓ, ਉੱਥੇ ਪਹਿਲੇ ਮੇਲੇ ਕਰਕੇ ਬਹੁਤ ਬਿਮਾਰ ਹੋਈਆਂ, ਔਖੀਆਂ ਹੋਈਆਂ, ਜਿਹੜੇ ਬੰਦਿਆਂ ਨੂੰ ਪਤਾ ਦਰੱਖਤਾਂ ਦਰੁੱਖਤਾਂ 'ਚ ਫਸ ਗਈਆਂ, ਕਾੜਾ ਕੂੜਾ ਦਿੰਦੇ ਆ ਤੂੰ, ਫਿਰ ਰਾਤ ਨੂੰ ਤਾਪ ਤੂਪ ਚੜੀ ਜਾਵੇ 2 ਦਿਨ ਤੇ, ਪਰ ਨੈਚੁਰਲ ਇਹ 28 ਕਿਲੋ ਦੁੱਧ ਸੀ। ਫਿਰ ਰਾਤ ਨੂੰ ਬਿਮਾਰ ਹੋਈ, ਟੁੱਟ ਗਈ, ਦੂਜੇ ਦਿਨ 9 ਕਿਲੋ ਤੇ ਆ ਗਈ। ਫਿਰ ਦੂਜੇ ਦਿਨ ਸਾਰੇ ਤੰਬੂ ਜਿਹੜੇ ਮੁਕਾਬਲੇ ਦੇ ਸੀਗੇ ਖੁਸ਼ ਹੋ ਕੇ ਬਾਹਰ ਆ ਗਏ ਵੀ ਨਾਗਣੀ ਤਾਂ ਗਈ। ਅੱਛਾ। ਠੀਕ ਹੈ। ਤੇ ਕਾ ਸੀਗੀ ਨਾਲ ਬਸੰਤੀ। ਅੱਛਾ ਜੀ। ਕਹਿੰਦੇ ਵੀ ਉਹਦੇ ਵਾਲੀ ਤਾਂ ਗਈ ਤੇ ਆਹੀ ਕੱਲੀ ਮੁਕਾਬਲੇ 'ਚ ਰਹਿ ਗਈ, ਤੇ ਉਹ ਜਾਵੜੀ 6ਵੇਂ 7ਵੇਂ ਨੰਬਰ ਤੇ ਉਹ ਚਵਾਈ ਦੇ ਹਿਸਾਬ ਨਾਲ। ਤੇ ਫਿਰ ਕਰਮ ਵਾਲੀ ਦੇ ਹੱਥਾਂ ਨੂੰ ਜਾ ਕੇ ਜਦੋਂ ਠੀਕ ਹੋ ਗਈ ਬਾਈ, ਤਾਂ ਦੁਬਾਰੇ ਜਾ ਕੇ ਫਿਰ ਇਹਨੇ ਮੇਲੇ ਦੇ ਉੱਤੇ ਦੂਜੇ ਦਿਨ 14.5-15 ਕਿਲੋ ਫੇਰ ਮਾਰਿਆ। ਅੱਛਾ। ਤੀਜੇ ਡੰਗ ਫੇਰ 15-15 ਹੀ ਮਾਰਿਆ, ਉਹੀ ਦੁੱਧ ਆ ਗਈ ਦੁਬਾਰੇ। ਫਿਰ ਇਹ PDF ਮੇਲੇ ਦਵਾਈ ਤੀਜੇ ਨੰਬਰ ਤੇ, ਇਹ ਦੂਜੇ ਨੰਬਰ ਤੇ ਰਹਿ ਗਈ ਦੁੱਧ ਚਵਾਈ ਤੇ। ਠੀਕ ਹੈ। ਹਾਂਜੀ। ਤੇ ਉਹਨੇ ਦੇਖ ਲਓ ਤੀਜੇ ਦੇ ਕਰ ਗਈ, ਤੇ ਫਿਰ 1 ਮਹੀਨੇ ਬਾਅਦ ਮੇਲਾ ਸੀ ਕੁਰੂਕਸ਼ੇਤਰ ਦਾ 2020 ਚ। ਹਾਂ। ਤੇ ਇੱਥੇ ਚਾਚੇ ਦੇ ਮੁੰਡੇ ਦਾ ਵੀ ਘਰੇ ਵਿਆਹ ਸੀਗਾ, ਇੱਕ ਮੇਰਾ ਸਾਲਾ ਗਾ ਤੇ ਬਾਹਰ ਗਿਆ ਵਾ ਸੀ, ਉਹ ਦੁਬਾਰੇ ਕਾਜ ਪੱਤਰਾਂ 'ਚ ਪ੍ਰੋਬਲਮ ਸੀ, ਉਹਦਾ ਵਿਆਹ ਵੀ ਦੁਬਾਰੇ ਸੀ, ਇੱਥੇ ਸਾਡੇ ਘਰੇ ਕੀਤਾ ਸੀ। ਠੀਕ ਹੈ। ਅਸੀਂ ਚੱਲ ਚਾਚੇ ਦੇ ਮੁੰਡੇ ਦਾ ਵਿਆਹ ਸੀ, ਇੱਧਰ ਇਹੀ ਭਾਜੀ ਦੇ ਨਾਲ ਘਰੇ ਕਰਨਾ ਪਿਆ, ਪਰ ਮੈਂ ਪਹਿਲਾਂ ਇਨਸਾਨ ਸੀਗਾ ਜਿਹਨੇ ਵਿਆਹ ਛੱਡਤੇ। ਠੀਕ ਹੈ। ਤੇ ਇੰਨਾ ਕਰੇਜ ਸੀਗਾ, ਮੈਂ ਕਿਹਾ ਯਾਰ ਆਪਾਂ ਮੇਲੇ 'ਤੇ ਜਾਣਾ, ਮੈਨੂੰ ਘਰੇ ਬਹੁਤ ਕਹਿੰਦੇ ਵੀ ਤੂੰ ਉਹ ਨਾ ਕਰ, ਮੈਂ ਕਿਹਾ ਯਾਰ ਦੇਖੋ ਮੇਲਾ ਆਉਂਦਾ ਤੇ ਜੇ ਕੁਦਰਤੀ ਮੇਲਾ ਜਿੱਤ ਗਏ ਦੁਬਾਰੇ ਮੇਲਾ ਨਹੀਂ ਆਉਣਾ ਹੁੰਦਾ, ਹੈ ਨਾ, ਨਵਾਂ ਮੇਲਾ ਤਾਂ ਆਜੂ, ਪਰ ਉਹ ਸਾਲ ਦਾ ਭਾਈ ਉਹੀ ਗੱਲ ਹੋਈ ਜਿਵੇਂ ਪਰਮਾਤਮਾ ਕਹਿੰਦੇ ਮੇਰੇ ਨਾਲ ਢਿੱਲੋ ਸੁਖਜੀਤ ਤੇ ਉਹ ਬਠਿੰਡੇ ਦੇ ਢਿੱਲੋ ਦਾ ਭਰਾ ਛੋਟਾ, ਉਹ ਮੇਰੇ ਨਾਲ ਬਾਹਲੀ ਜ਼ਿਆਦਾ ਮਿੱਤਰਤਾ ਉਹਦੀ। ਠੀਕ ਹੈ। ਤੇ ਅਸੀਂ ਦੋਨੇ, ਮੈਂ ਉਹਨੂੰ ਆਖਾ ਮੈਂ ਕਿਵੇਂ ਉਹ ਸਾਡੇ ਵਾਲਾ, ਕਹਿੰਦਾ ਠੀਕ ਹੈ, ਮੈਂ ਕਿਹਾ ਯਾਰ ਚੱਲੀਏ ਮੇਲੇ 'ਤੇ, ਉਹ ਕਹਿੰਦਾ ਚੱਲਦੇ ਹਾਂ ਯਾਰ, ਤੇ ਅਸੀਂ ਦੋਨੇ ਬਾਈ ਦੋਨੇ ਆਮ ਅਸੀਂ ਚੜਾ ਕੇ ਲੈ ਗਏ ਦੋਨੇ। ਠੀਕ ਹੈ। ਤੇ ਨਾਲ ਸਾਡੇ ਕਦੀ ਨੂੰ ਜੀਆ ਲਵਾਉਣ ਨੂੰ, ਤਾਂ ਜਦੋਂ ਅਸੀਂ ਜਾ ਵੜੇ ਉੱਥੇ ਕੁਰੂਕਸ਼ੇਤਰ ਤੇ ਅਸੀਂ ਦੋਨਾਂ ਨੇ ਅਸੀਂ ਤਾਂ 2 ਦਿਨ ਤਾਂ ਜਾ ਕੇ ਸਾਂਭਣ ਗਏ ਮੱਝਾਂ, ਜਿਵੇਂ ਸਾਨੂੰ ਦੱਸਿਆ ਸੀ ਵੀ ਯਾਰ ਸਾਂਭਣ ਸੁਭਣ ਦੀ ਬਾਹਲੀ ਲੋੜ ਨਹੀਂ ਹੁੰਦੀ, ਨਵੇਂ ਥਾਂ 'ਤੇ ਜਾ ਕੇ ਖਾਂਦ ਗਏ ਨਹੀਂ 2-3 ਦਿਨ ਅਸੀਂ ਸਾਂਭਾਂ ਨਹੀਂ, ਨਾਲੇ ਸਾਡੇ ਵਾਲੀ ਲੇਟੀ ਲੁਟੀ ਛੱਡ ਗਈਆਂ ਸੀ, ਅਸੀਂ ਉਹ ਕੰਮ ਹੀ ਬੰਦ ਕਰਤਾ, ਨਾ ਕੋਈ ਨਾਲ ਦੇਣੀ ਨਾ ਕੋਈ ਲੇਟੀ 'ਤੇ, ਬਸ ਅਸੀਂ ਕੱਖ ਪਾਉਂਦੇ ਸੰਨੀ ਕਰਦੇ ਘਰ ਵਾਂਗੂ, ਦਾਣਾ ਖਾ ਲਿਆ ਬਸ ਪੈ ਜਾਓ। ਫਿਰ ਅਸੀਂ ਮੇਲਾ ਜਿੱਤਿਆ ਜੀ,
ਸਟੂਈ ਟਾਂਡੇ ਦੀ ਮੱਝ ਇੱਥੇ ਜਿਵੇਂ ਜਿੱਤੀ ਸੀ ਉੱਥੇ ਜਾ ਕੇ ਬਾਹਰ ਹੋ ਗਈ ਮੇਲੇ ਤੋਂ, ਫਿਰ ਉੱਥੇ ਜਾ ਕੇ ਨਾਗਣੀ ਚੈਂਪੀਅਨ ਬਣ ਗਈ ਪਹਿਲੇ ਨੰਬਰ ਤੇ 2020 ਦੀ ਹਰਿਆਣਵੀ ਚੈਂਪੀਅਨ ਇਹੀ ਹੈ ਦੁੱਧ ਚਵਾਈ ਦੀ, ਤੇ ਇਹ ਦੂਜੇ ਨੰਬਰ ਤੇ ਉਦੋਂ ਇਕੱਠੀਆਂ ਦੋਨੇ ਨਾਮ ਤੇ ਆਈਆਂ, ਉਦੋਂ ਚਰਚਾ ਜ਼ਿਆਦਾ ਹੋ ਗਈ, 19 ਤਾਂ ਚਰਚਾ ਹੋਣੀ ਸੀ, ਫਿਰ ਮੈਨੂੰ 20 ਦੇ ਵਿੱਚ ਸਨਮਾਨਿਤ ਕਰਕੇ ਗਏ ਸਾਰੇ ਪੰਜਾਬ ਦੇ ਬਰੀਡਰ ਸ਼ੇਰਵਾਲ ਅੰਕਲ ਵਰਗੇ ਵੀ ਹੋਰ ਮੁੰਡੇ ਹਨਾ, ਤਾਂ 100 ਬੰਦਾ ਆਇਆ ਹੋਊਗਾ, ਫਿਰ ਘਰੇ ਪ੍ਰੋਗਰਾਮ ਰੱਖਿਆ, ਠੀਕ ਹੈ, ਉਹਨਾਂ ਨੇ ਸਨਮਾਨਿਤ ਕੀਤਾ ਵੀ ਯਾਰ ਨੈਚੁਰਲ ਦੁੱਧ ਜਿਹੜਾ ਕੱਢਣ ਵਾਲਾ ਸੀ ਵੀ ਜਿਹੜਾ ਇੰਨੇ ਲੋਕ ਨਾਲ ਤੁਰੇ ਫਿਰਦੇ ਪਏ ਸੀ ਇਕੱਠੇ, ਉਹਦੇ ਦੁੱਧ ਬਹੁਤ ਤਕੜਾ ਕੱਢਿਆ, ਤਾਂ ਫਿਰ ਉਦੋਂ ਬਾਅਦ ਮੈਂ ਕਿਹਾ ਯਾਰ ਹੁਣ ਆਪਾਂ ਜਾਬਾ ਹੋਰ ਦੇਖਣਾ, ਮੱਝਾਂ ਗੱਭਣ ਕਰਾਤੀਆਂ, ਬਟਾਲੇ ਦੇ ਮੇਲਾ ਆ ਗਿਆ ਮਾਰਚ ਦੇ ਵਿੱਚ, ਤੀਜਾ ਮੇਲਾ ਉਸੇ ਸਾਲ ਦੇ ਵਿੱਚ ਹੀ ਸੂੰਗਾ ਜੀ, ਠੀਕ ਹੈ, ਤੀਜਾ ਮੇਲਾ ਮੈਂ ਬਟਾਲੇ ਦੇ ਵਿੱਚ ਜਾ ਕੇ ਫਿਰ ਉਹ ਮੱਝ ਲੈ ਕੇ ਨਹੀਂ ਗਿਆ, ਕਿਉਂਕਿ ਉਦੋਂ ਟੀਕਾ ਦਾ ਬੜਾ ਕਰੇਜ਼ ਚੱਲ ਪਿਆ, 19 ਦੇ ਵਿੱਚ ਹੀ ਚੱਲ ਪਿਆ ਸੀ, ਮੈਨੂੰ ਐਂ ਸੀ ਮੈਂ ਕਿਹਾ ਚੱਲ 19 ਦੇ ਵਿੱਚ ਦੇਖ ਲਿਆ, ਹੁਣ ਟੀਕਿਆਂ ਦਾ ਕਰਕੇ ਗੱਲ ਵੱਖਰੀ ਆ, ਹੁਣ ਚੈਂਪੀਅਨ ਬਣ ਗਏ, ਹੁਣ ਨਾਗਣੀ ਦਾ ਮੁਕਾਬਲਾ, ਮੈਂ ਕਿਹਾ ਉੱਥੇ 38 ਕੱਢਣੀਆਂ ਟੀਕਿਆਂ ਵਾਲੀਆਂ, ਇਹਨੇ ਕੱਢਣਾ 24-25, ਮੈਂ ਕਿਹਾ ਨਾਲ ਜਾਈਏ, ਉਹ ਵੀ ਗਲਤੀ ਸੀ ਮੰਨ ਲਓ, ਤੇ ਤਾਂ ਹੀ ਕਹਿੰਦੇ ਹੁੰਦੇ ਵੀ ਜੇ ਕਿਸੇ ਦੇ ਘਰੇ 22-23 ਲੀਟਰ ਦੁੱਧ ਆਉਣਾ ਉਹ ਲੈ ਕੇ ਜਾਓ ਮੇਲੇ ਤੇ, ਮੇਰੇ ਨਾਲ ਗਲਤੀ ਹੁੰਦਾ, ਮੈਂ ਨਾਗਣੀ ਘਰੇ ਛੱਡ ਕੇ 2 ਮੇਲੇ ਜਿੱਤ ਗਈ ਇੱਕ ਸਾਲ 'ਚ, ਇਹਨੂੰ ਮੈਂ ਲੈ ਗਿਆ, ਮੈਂ ਕਿਹਾ ਚੱਲ ਤੇਰਾ ਗ੍ਰੇਡਰ ਦਾ ਮੁਕਾਬਲਾ, ਗ੍ਰੇਡਰ ਦੇ ਵਿੱਚ ਇਹਨੂੰ ਲੈ ਜਾਂਦੇ ਆ, ਤੇ ਇਹਨੇ ਵੀ ਫਿਰ ਵੀ ਜੇ ਟੀਕਿਆਂ ਟੱਲਿਆਂ ਵਾਲੇ ਨਾ ਹੁੰਦੇ ਤਾਂ ਇਹਨੇ ਦੂਜਾ ਨੰਬਰ ਸੀਗਾ, ਠੀਕ ਹੈ, ਤੇ ਜੇ ਮੰਨ ਲਓ ਰੀਜਨਲ ਹੁੰਦਾ ਤਾਂ ਦੂਜਾ ਨੰਬਰ ਸੀ, ਤੇ ਹੁਣ ਵੀ ਇਹਦਾ ਤੀਜਾ ਨੰਬਰ ਹੈ ਤੀਜੇ ਮੇਲੇ ਤੇ, 19 ਕਿਲੋ 700 ਗ੍ਰਾਮ ਤੇ, ਤਾਂ ਉੱਥੋਂ ਜਾ ਕੇ ਇਹਨੇ ਮੇਲਾ ਜਿੱਤ ਲਿਆ ਜੀ, 3-3.5 ਮਹੀਨੇ ਦੀ ਗੱਭਣ ਨੇ, ਠੀਕ ਹੈ, ਫਿਰ ਮੈਂ ਨਾਗਣੀ ਦੀ ਫਿਰ ਮੈਂ ਧੋਕੜ ਦੀ ਚਵਾਈ ਕਰਾਤੀ ਘਰੇ ਜਾ ਕੇ, ਮਤਲਬ ਇਹਨਾਂ ਨੇ ਮਤਲਬ ਬੜਾ ਵੱਡਾ ਨਾਮ ਬਣਾਇਆ, ਉਦੋਂ 2020 'ਚ ਫਿਰ 21 ਦੇ ਵਿੱਚ ਵੀ ਮੇਲਾ ਜਿੱਤੇ, ਤੇ ਫਿਰ 22 ਦੇ ਵਿੱਚ ਇਹ ਨੰਬਰ ਨੰਬਰਾਂ ਜਿੱਤੇ, ਮੇਲਾ ਜ਼ਰੂਰ ਇੱਕ ਪੰਜਵਾਂ ਆ ਗਿਆ, ਇੱਕ ਛੇਵਾਂ ਆ ਗਿਆ, ਮਗਰ ਹਟ ਗਏ, ਉਹ ਵੀ ਬਸ ਇੱਕ ਨਾ ਬਰੀਡਰਾਂ 'ਚ ਹੁੰਦੀ ਆਰ ਪਾਰ ਦੀ ਲੜਾਈ, ਜਿਵੇਂ ਆਪਾਂ ਕੈਮਰਿਆਂ 'ਚ ਚੱਲਦੇ ਹੁੰਦੇ ਆ, ਉਹ ਆਰ ਪਾਰ ਦੀ ਲੜਾਈ ਇਹ ਹੁੰਦੀ ਹੈ ਜਦੋਂ ਅਸੀਂ ਐਸਟੀਮੇਟ ਲਾਉਂਦੇ ਹਾਂ ਵੀ ਅੱਜ ਲੱਖ ਚਵਾਈ ਹੈ, ਵੀ ਜਾਂ ਤਾਂ ਤੜਕੇ ਨੂੰ 1.5 ਤੋਂ 2 ਲੀਟਰ ਵਧਾਉਣੇ ਹੈ, ਠੀਕ ਹੈ, ਵੀ ਜਿਹੜਾ ਕੱਲ੍ਹ ਵਾਲਾ ਦੁੱਧ ਰੁਕਿਆ ਵਾ ਵੀ ਲੀਟਰ ਤੋਂ 1.5 ਲੀਟਰ ਦਾ ਜੰਪ ਚੱਕ ਜਾਂਦਾ ਹੁੰਦਾ ਪਸ਼ੂ ਦੇ, ਕੋਈ ਵੱਡੀ ਗੱਲ ਨਹੀਂ, ਉਹ ਵੀ ਉਹ ਚੱਕੂ ਜਿਹੜਾ 20-22 ਲੀਟਰ ਤੋਂ ਵੱਧ ਕਮਾਇਟੀ ਵਾਲਾ ਹੁੰਦਾ, ਤੇ ਜਾਂ ਫਿਰ ਉਹ ਕੀ ਕਰੂਗਾ 2-3 ਲੀਟਰ ਇਕੱਠਾ ਤੋੜੂਗਾ, ਬਸ ਉਹ ਤੂੰ ਡਿਸਾਈਡ ਲੈਣਾ ਵੀ ਤੇਰੇ ਕਰਮਾਂ ਦੇ ਵਿੱਚ ਵੀ ਦੁੱਧ ਵਧਾਉਣਾ, ਜੇ ਤਾਂ ਜਿੱਤ ਹੋਈ ਤੇਰੀ ਵੱਜ ਵਾਜੂ, ਤੇ ਜੇ ਤੇਰੀ ਹਾਰ ਹੋਈ ਤਾਂ ਇਕੱਠੇ 3 ਲੀਟਰ ਕੱਟੂ, ਤੇ ਜਿਵੇਂ ਹੁਣ ਮੰਨ ਲਓ ਉਦੋਂ ਅਸੀਂ ਨੈਚੁਰਲ ਜੇ ਅਸੀਂ ਨਾ ਮਤਲਬ ਛੇੜਖਾਨੀ ਕਰਦੇ ਤਾਂ ਅਸੀਂ ਤੀਜੇ ਨੰਬਰ ਦੇ ਚੌਥੇ ਤੇ ਹੋਣਾ ਸੀ ਭਾਈ, ਇਹ ਕਹਿੰਦੇ ਵੀ ਰਾਤ ਨੂੰ ਕੜੇ ਦੇਣੇ ਆ, ਤੇ ਕਹਿੰਦੇ ਵੀ ਕੜਾ ਵੀ ਐਂ ਦੇਣਾ ਜੀ, ਐਂ ਸਮਾਨ ਪਾਉਣਾ, ਮੈਂ ਕਿਹਾ ਯਾਰ ਇਹ ਸਮਾਨ ਗਰਮ ਹੁੰਦਾ ਝੱਲਣਾ ਨਹੀਂ, ਮੈਨੂੰ ਕਹਿੰਦੇ ਦੇਖ ਜੇ ਤਾਂ ਕਹਿੰਦੇ ਕੁਦਰਤੀ ਝੱਲ ਗਈਆਂ, ਅੱਗੇ ਵੀ ਮੇਲੇ ਦੇ ਸਾਰੇ ਬਰੀਡਰੀ ਕਰਦੇ ਆ, ਜੇ ਤਾਂ ਝੱਲ ਗਈਆਂ ਤਾਂ ਅੜਕੇ ਉਹਨੇ ਲੀਟਰ ਵੱਧ ਰਖਾ ਦੇਣਾ ਤੇ ਆਪਾਂ ਪਹਿਲੀ ਜਾ ਕੇ ਦੂਜੇ ਨੰਬਰ 'ਚ ਹੀ ਵੜ ਜਾਂਗੇ, ਤੇ ਜੇ ਕੁਦਰਤੀ ਜਾ ਕੇ 2 ਲੀਟਰ ਟੁੱਟ ਗਈਆਂ ਤਾਂ ਜਿੱਥੇ ਚੌਥਾ ਤੇ ਪੰਜਵਾਂ ਹੁਣ ਵੀ ਬਣਦਾ, ਵੱਧ ਤੋਂ ਵੱਧ 7-8 ਦੇ ਬਚਾਂਗੇ, ਤੇ ਉਹੀ ਕੰਮ ਹੋਇਆ ਜੀ, ਇਹਨੂੰ ਜਾ ਕੇ ਅਸੀਂ ਮਾਰਿਆ ਦੇ ਅੰਦਰ ਮਖਣੀ ਮੁਖਣੀ ਹੋਰ ਲੱਗ ਰਿਹਾ ਪੱਟਰ ਬਹੁਤ ਸਮਾਨ, ਤੇ ਇਹਨੇ ਜਾ ਕੇ ਗਾਲਾ ਛੱਡ ਗਈ, ਡੱਟ ਜੀ ਮੰਨ ਗਈ, ਇਹਨੇ ਤੜਕੇ ਨੂੰ ਜਾ ਕੇ ਸਿੱਧੇ 3 ਲੀਟਰ ਡਾਊਨ, ਨਾਗਣੀ ਨੇ ਤੜਕੇ ਨੂੰ ਦੁੱਧ ਹੀ ਡਲਾ ਦੱਬਦਾ ਥੋੜ੍ਹਾ ਜਿਹਾ ਬਾਲਟੀ ਜੋ ਜਿਵੇਂ ਕਹਿ ਹੋਣਗੇ, ਫਿਰ 5-6 ਨੰਬਰ ਆਇਆ, ਤੇ ਫਿਰ 23 ਦੇ ਵਿੱਚ ਜਾ ਕੇ ਬਿੱਲੋ ਜਾਵੜੀ ਮੇਲੇ ਤੇ, ਇਹਨੇ ਵੀ ਪਹਿਲਾਂ ਤਾਂ ਛੋਟੀ ਹੁੰਦੀ ਹੈ 22 'ਚ ਜਾਵੜੀ PDF, ਇੱਥੋਂ ਘਰੋਂ ਚਵਾਈ ਚਵਾ ਕੇ ਕਰਾਈ, ਤੇ ਉੱਥੇ ਜਾ ਕੇ ਅਸੀਂ ਵੱਡੀਆਂ ਮੱਝਾਂ 'ਚ ਵਾੜ ਪਈ, ਮੈਨੂੰ ਸਾਰੇ ਕਹਿੰਦੇ ਵੀ ਸੱਟ ਪਰੇ ਯਾਰ ਜਵਾਕੜੀ ਆ 2 ਦੰਦ ਹੈ, ਤੇ ਕਹਿੰਦੇ ਕਿਉਂ ਆਪਾਂ ਵਾੜਨੀਆਂ ਮੇਲੇ 'ਚ, ਮੈਂ ਕਿਹਾ ਯਾਰ ਚੱਲਣ ਦੇ ਮੇਲੇ 'ਚ ਤਾਂ ਆਪਾਂ ਰੱਖਦੇ ਹਾਂ, ਤਾਂ ਅਸੀਂ ਬਿਊਟੀ ਕੰਪੀਟੀਸ਼ਨ 'ਚ ਲੈ ਗਏ ਬਾਈ, ਮੈਂ ਇੱਖਰ ਨਹੀਂ ਲਾਉਂਦਾ ਸੀ, ਮੈਂ ਵਹਿਮ ਮੰਨਦਾ ਸੀ ਵੀ ਇੱਖਰ ਨਾਲ ਵੀ ਪਸ਼ੂ ਨੂੰ ਪ੍ਰੋਬਲਮ ਪੈ ਗਈ, ਠੰਡ 'ਚ ਨਾ ਪ੍ਰੋਬਲਮ ਪੈ ਗਈ, ਤਾਂ ਇਹ ਬਿਨਾਂ ਇੱਖੜ ਤੋਂ ਤੀਜੇ ਨੰਬਰ 'ਤੇ ਝੋਟੇ ਆ ਗਏ, ਚਰਚਾ ਹੋ ਗਈ, ਕਹਿੰਦੇ ਯਾਰ 2 ਦੰਦ ਝੋਟੇ, ਨਾ ਤਾਂ ਘਰੇ ਸਿੱਧਕ ਡੈਰੀ ਫਾਰਮ 'ਤੇ ਵੀ ਚਵਾਇਆ, ਮੈਂ 4 ਡੰਗ ਆਪਦੇ ਪੇਜਾਂ 'ਤੇ ਚਵਾਇਆ, ਕਹਿੰਦੇ ਯਾਰ ਇੰਨਾ ਦੁੱਧ ਤਲਾਇਆ ਝੋਟੀ ਨੇ 2.5 ਸਾਲ ਲੱਗੇ ਸੁੱਕੇ, ਹੁਣ ਵੱਡੀਆਂ ਮੱਝਾਂ ਨੂੰ ਹਰਾ ਕੇ ਤੀਜੇ ਨੰਬਰ 'ਤੇ ਵੀ ਆ ਗਏ, ਤੇ ਹੁਣ ਮਗਰਲੇ ਸਾਲ ਫਿਰ ਅਸੀਂ ਗਏ ਆਹ ਸਾਲ ਮਗਰਲਾ ਦਸੰਬਰ ਵਾਲਾ ਛੱਡ ਦਿੱਤੇ ਜੀ ਵਾਲਾ, 22 ਨੂੰ ਅਸੀਂ ਚਲੇ ਗਏ, 22 ਨੂੰ ਇਹ 4 ਦੰਦ ਹੋ ਗਈ ਦੂਜਾ ਸੂਆ, ਨਾਲ ਤਾਂ ਇਹਨੇ ਦੁੱਧ ਕੱਢਿਆ ਤੀਜੇ ਨੰਬਰ 'ਤੇ, ਅਤੇ ਨਾਲੇ ਬਿਊਟੀ ਕੰਪੀਟੀਸ਼ਨ 'ਚ ਬਿਨਾਂ ਇੱਖੜ ਤੋਂ ਪਾਤਾ ਉੱਥੇ ਜਾ ਕੇ ਦੂਜੇ ਨੰਬਰ 'ਤੇ ਫਿਰ ਆ ਗਈ, ਇਹਨੇ 2-2 ਮੁਕਾਬਲੇ PDF ਜਿਹੜੀ ਸਭ ਤੋਂ ਛੋਟੀ ਝੋਟੀ ਜਿਹੜੀ ਆ ਇਹਨੇ 2-2 ਮੁਕਾਬਲੇ ਇਕੱਠੇ ਲਾਤੇ, ਕਿੰਨਾ ਤਕੜਾ ਮੂਹਰ ਵਾਲਾ ਸਿੰਗਲ ਲੱਗਿਆ ਵਾ ਜਿਹੜੀ ਤੀਜੀ ਵੇਚੀ ਹੋ ਗਈ ਜਿਹੜੀ ਹੁਣ ਆਹ ਮੱਝਾਂ ਦੀ
ਜਿਹੜੀ ਉਹ ਬੱਲੀ ਨੀ ਝੋਟੀ ਦਿਖਾਈ ਜਿਹੜੀ ਸੂਈਆ ਮੰਗਾ ਚਬਾਈ ਕਰਾਉਂ ਜਮਾ ਕੁੰਡੀ ਉਹਦੇ ਤਾਂ ਠੈਨੀ ਵੀ ਨੀ ਲੰਘਦੀ ਮੰਨ ਲਓ ਉਹਦੀ ਮਾਂ ਵੀ ਇਹਦੇ ਵੀ ਬੜੇ ਵੱਡੇ ਵੱਡੇ ਇਹਦੇ ਸਿੰਘ ਪਤਾ ਕਿਵੇਂ ਜੀ ਮੈਂ ਮੂੰਹ ਦੀ ਬਾਅਦ ਦੇ ਸਿੰਘ ਆਉਂਗੇ ਮੈਂ ਦਿਖਾਊਂਗਾ ਉਹਦੇ ਸੀਗੇ ਫਿਰ ਉਸ ਤਰ੍ਹਾਂ ਨਾਗ ਹੁੰਦੀ ਇਹਦੇ ਵੀ ਸਿੰਘ ਆਏ ਵੱਡੇ ਸੀਗੇ ਇਹਨਾਂ ਚੋਂ ਪਹਿਲਾਂ ਦਿਖਾਈ ਦਿੱਤੀਆਂ ਫਿਰ ਜਿਹੜਾ ਜਦੋਂ ਇਹਦਾ ਰਾਜੀ ਕਿਹਾ ਬਹੁਤ ਸੋਹਣਾ ਸਿੰਘ ਸੀਗਾ ਤਾਂ ਇਹਨਾਂ ਚੋਂ ਪਹਿਲਾਂ ਹੋਏਗਾ ਜਿਵੇਂ ਮੰਨ ਲਾ ਹੁਣ ਅਗਲਾ ਵੀ ਕੁਛ ਸਿੰਘ ਰੁਕੇ ਗਏ ਉਹ ਕਿਹੜੇ ਜਾਂਦੇ ਤੇ ਉਸ ਤੋਂ ਬਾਅਦ ਆਹ ਜੋ ਕਿ ਦਿੱਲੀ ਆ ਦੇਖ ਆਹ ਮੇਰੇ ਦੇਖੋ ਸਿੰਘ ਕਿੰਨੇ ਕਿੰਨੇ ਵੱਡੇ ਹਾਂ ਜਿਹੜੀਆਂ ਇਹਦੀਆਂ ਧੀਆਂ ਮੰਗ ਕੇ ਇਹਨਾਂ ਨੂੰ ਪੜਾਉਣ ਬੜੇ ਸੋਹਣੇ ਸਿੰਘਾਂ ਨੂੰ ਤੇ ਦੁੱਧ ਦਿੰਦੀ ਆ ਭਾਈ ਇਹ ਇਹਨੂੰ ਕਿਸੇ ਨੇ ਆਹ ਮੱਝ ਨੂੰ ਹਾਲਾਤ ਦੇ ਕੇ ਕਹਿੰਦੇ ਖਰੀਦੀ ਨਹੀਂ ਠੀਕ ਹੈ ਮੈਨੂੰ ਲੇਡੀ ਦਾ ਫੋਨ ਆਇਆ ਸੀ ਉਹਦਾ ਫੋਨ ਆਇਆ ਸੀ ਕਹਿੰਦੀ ਪਹਿਲਾਂ ਝੋਟੀ ਏਸੀ ਦੀ ਝੋਟੀ ਸੀਗੀ ਮੈਂ ਤੂੰ ਜਾਇਆ ਨਹੀਂ ਗਿਆ ਕਹਿੰਦੇ ਵੇਚਣੀ ਆ ਮੈਨੂੰ ਲੇਡੀ ਦੀ ਕਹਿੰਦੀ ਵੀ ਉਹਨਾਂ ਦਾ ਸੀਗਾ ਮਤਲਬ ਕੋਟ ਸ਼ਮੀਰ ਪਿੰਡ ਸੇਰਗੜ੍ਹ ਵਾਲੀ ਸੜਕ ਤੇ ਮੈਨੂੰ ਕਹਿੰਦੀ ਵੀਰੇ ਕਹਿੰਦੀ ਮੱਝ ਕਹਿੰਦੀ ਵਪਾਰੀ ਦਾ ਸਾਨੂੰ 70-75 ਹਜ਼ਾਰ ਤੋਂ ਵੱਧ ਨਹੀਂ ਦਿੰਦੇ ਮੈਨੂੰ ਵੀਡੀਓ ਪਾ ਦਿੱਤੀ ਮੈਂ ਵੀ ਵੀਡੀਓ ਦੇਖੀ ਮੱਝ ਮੈਂ ਬੁੜੀਆਂ ਮੈਂ ਕਿਹਾ ਉਹਨੂੰ ਨਾ ਕਹਿੰਦੇ ਹੁਣ ਜਿਵੇਂ ਉਹਨੂੰ ਕਹਿੰਦੇ ਨਾ ਧੱਕ ਜੀ ਆਉਂਦੇ ਦੁੱਧ ਨਾਲ ਬਾਲਟਾਂ ਦੀ ਵੀ ਝੱਕ ਜੀ ਨਾਲ ਭੜਕੇ ਵੀ ਬੜਾ ਦੁੱਧ ਹੈ ਮੈਂ ਕਿਹਾ ਦੁੱਧ ਨਹੀਂ ਹੋਣਾ ਇੰਨਾ ਯਾਰ ਜੇ ਮੈਂ ਵਪਾਰੀ ਪੈਣੇ ਹੁੰਦੇ ਉਹ ਵਿਚਾਰੀ ਦੀ ਮੈਂ ਅੱਜ ਵਿਕੀ ਨਹੀਂ ਉਹ ਸੂਏ ਅਗਲੇ ਸੂਏ ਮੈਨੂੰ ਕਹਿੰਦੀ ਵੀਰੇ ਇੱਥੇ ਫੇਰ ਸੂਪੀ ਕਹਿੰਦੀ ਤੂੰ ਦੇਖਤਾ ਜਾ ਇਹ ਭਾਈ 1.5 ਮਹੀਨੇ ਦੀ 2 ਮਹੀਨੇ ਦੀ ਸੂਈ ਬੀਜ ਟੋਕਰ ਮੈਂ ਗਿਆ ਕੰਡਾ ਨਾਲ ਬਾਈ ਜੀ ਇੱਧਰਲਾ ਪਾਸਾ ਥਾਂ ਛੋਟਾ ਜੀ ਇੱਧਰਲੇ ਪਾਸੇ ਕੰਡਾ ਫਲਟ ਪਿਆ ਪਿਆ ਮੈਂ ਇਸ ਬਾਈ 1.5 ਕਿਲੋ ਦੁੱਧ ਤਿਆਰ ਕਰੇ ਦੋਨੇ ਟਾਈਮਾਂ ਦਾ ਮੱਝ ਮੈਂ ਕਿੰਨੀ ਲਿੱਤੀ ਮੈਂ ਕਿਹਾ ਤੁਸੀਂ ਸਭ ਦੱਸੋ ਕਿੰਨੇ ਆ ਕਹਿੰਦੀ ਬਾਈ ਸਾਨੂੰ ਤਾਂ 70-75 ਹਜ਼ਾਰ ਦਿੰਦੇ ਆ ਪਰ ਤੂੰ ਵੀਡੀਓ ਚੱਕਿਆ ਸੀ ਵੀ ਜੇ ਦੁੱਧ ਵਾਲੀ ਚੰਗੀ ਮੱਝ ਹੋਵੇ ਅਸੀਂ 10 ਹਜ਼ਾਰ ਵੱਧ ਦੇਵਾਂਗੇ ਮੈਂ ਕਿਹਾ 70 ਹਜ਼ਾਰ ਦਿੰਦੇ ਹਾਂ ਦੇ ਦਈਏ ਜੀ 82-83 ਹਜ਼ਾਰ ਮੈਂ ਮੇਰੇ ਹਿਸਾਬ ਨਾਲ ਇਹ 80-90 ਹਜ਼ਾਰ ਦੀ ਮੱਝ ਲੈ ਆਇਆ ਸਣੇ ਕਿਰਾਇਆ ਕਿਰੂਆ ਪਾ ਕੇ ਮੇਰੇ ਘਰੇ ਆ ਕੇ ਜਦੋਂ ਚੋਣ ਲੱਗ ਗਿਆ ਬਾਈ ਇਹਨੇ ਨਾ ਤਾਂ ਲੀਟਰ 1.5 ਲੀਟਰ ਦੁੱਧ ਵੱਧ ਗਈ 20 ਤੋਂ ਉੱਤੇ ਜਿਖਾਉਣ ਲੱਗ ਗਈ ਫਿਰ ਸਾਨੂੰ ਸ਼ੱਕ ਹੁੰਦੀ ਸੀ ਨਾ ਅੱਡੋ ਅੱਡ ਥਾਂ ਚੋਣਿਆ ਦੋ ਇੱਧਰਲੇ ਅੱਡ ਇੱਧਰਲੇ ਅੱਡ ਜਦੋਂ ਇੱਧਰਲੇ ਥਾਂ ਚੋਏ ਹੁਣ ਵੀ ਇਹਦੇ ਥਾਂ ਦੇ ਵਿੱਚ ਇੱਕ ਟਾਈਮ ਦਾ 1.25-2 ਲੀਟਰ ਦਾ ਫਰਕ ਹੈ ਜੀ 3.5 ਤੋਂ 4.5 ਦਾ ਫਰਕ ਹੈ ਜੀ ਇਹ ਫਰਕ ਆਪਾਂ ਕੱਢ ਲਿਆ ਤਾਂ ਇਹ ਜਿਵੇਂ ਉਹ ਕਹਿੰਦੇ ਜੀ ਵੀ ਇਹ 70-25-25 ਕਿਲੋ ਹੁੰਦੀ ਸੀ ਅਤੇ ਦੁੱਧ 1.5 ਵਾਲੀ ਸੀਗੀ ਅਤੇ ਮੈਂ 19-20 ਕਿਲੋ ਜੋ ਕੇ ਲਿਆਇਆ ਜੀ ਅਤੇ 82 ਹਜ਼ਾਰ ਰੁਪਏ ਦੀ ਖਰੀਦ ਹੈ ਆਉਣ ਸਾਰ ਮੈਥੋਂ ਧੱਕੇ ਨਾਲ 3.5 ਹਜ਼ਾਰ ਦੇ ਉਹਦਾ ਵਰਾਇਟੀ ਵਾਲੀ ਇਕੱਠੀ ਲੈ ਕੇ ਗਿਆ ਉਹ ਮੈਨੂੰ ਕਿਹਾ ਲੇਡੀਜ਼ ਦਾ ਫੋਨ ਆ ਗਿਆ ਉਹਨੇ ਧੱਕੇ ਨਾਲ ਮੈਥੋਂ 65 ਹਜ਼ਾਰ ਦੀ ਇਕੱਠੀ ਲੈ ਕੇ ਗਈ ਐਤੀ ਵਾਲੇ ਲਵਲੀ ਵਰਗੇ 85 ਹਜ਼ਾਰ ਦੀ ਇਕੱਠੀ ਲੈ ਗਏ ਇਹਨੂੰ ਆਈ ਨੂੰ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਉਹ ਇਕੱਠੀ ਮਗਰ ਸੀ ਆਉਣ ਸਾਰੀ ਮੈਂ ਦੱਬਣ ਕਰਾਲੀ ਸਾਲ 'ਚ ਹੀ ਫੇਰ ਸੁੱਪੀ ਅਤੇ 1.5 ਸਾਲ ਦੇ ਵਿੱਚ ਇੱਕ 65 ਦੀ ਵੇਖ ਇੱਕ 85 ਦੀ ਵੇਖੀ ਤੁਸੀਂ ਦੇਖ ਲਓ 2-3 ਦਿਨ ਕੱਟਣੀ ਗਏ ਉਹ ਵੀ ਧੱਕੇ ਯਾਰ ਲੋਕ ਇਹਨਾਂ ਨੂੰ ਪਤਾ ਜੀ ਉਹਨੇ ਇਸੇ ਦੀ ਲੈ ਕੇ ਜਾਣੀ ਆ ਇਹਨੇ ਚੱਟੇ ਦੀ 50 ਰੁਪਏ ਕਿੰਨੀ ਸੋਹਣੀਆਂ ਨੇ ਜਿਵੇਂ ਫਾਇਦਾ ਜੀ ਉਹ ਹੱਥ ਨੂੰ ਦੇਖੋ ਹੁਣ ਇਹ ਆਹ ਥੋੜ੍ਹੇ ਦਿਨ ਠੰਡਾ ਹੁਣ ਦੁੱਧ ਵੱਧ ਗਈ ਹੁਣ 19-20 ਦੇ ਕਰੀਬ ਹੋ ਗਈ ਤਾਂ ਜਦੋਂ ਹੱਥ ਨੂੰ ਨਾ ਆ ਚੀਜ਼ ਐਂ ਲੱਗੂ ਤੈਨੂੰ ਮਿਲ ਜਾਣਾ ਕੋਲ ਦੀ ਰਾਏ 9 ਵੱਜ ਗਿਆ ਭੈਣਾ ਬੁਲਬਲੇ ਵਾਂਗੂ ਵੀ ਫੁੱਟ ਨਾ ਜਾਵੇ ਤੇ ਇੰਨਾ ਕੁ ਜ਼ਿਆਦਾ ਸੋਹਣਾ ਮਤਲਬ ਹੁਣ ਤਾਂ ਠੀਕ ਹੈ ਉਸ ਤੋਂ ਬਾਅਦ ਆਹ ਮੱਝ ਆ ਗਈ ਇਹਦੀ ਐਡੀ ਕੱਟੀ ਆ ਇੱਥੀ ਆ ਬਸ ਪਹਿਲਾਂ ਇਹਦੀ ਰਸਤੇ 'ਚ ਆਈ ਕੱਟੀ ਮਰ ਗਈ ਸਭ ਤੋਂ ਪਹਿਲਾਂ ਮਿਲਿਆ ਗਈ ਨਾ ਮਿੱਤਰ ਵੀ ਠੀਕ ਹੈ ਇਹਦੇ ਨਾਲ ਬਿਊਟੀ ਵਾਲਾ ਉਹਦੇ ਨਾਲ ਜਿੱਤ ਗਿਆ ਸੀ ਇਹਦੇ ਨਾਲ ਬੱਚੇ ਮਰੇ ਵੇ ਇਹਦੇ ਮੈਂ ਲੱਤਾਂ ਚਾਰੇ ਮਰ ਲਵਾਂ ਜਾਈ ਜਮ ਗਾਂ ਬੰਦੀ ਲਸਾਂ ਸੁਲਾਂ ਮਾਰੀ ਜਾਂਦੀ ਤੇ ਮੈਂ ਜੱਗ ਦੇ ਵਿੱਚ ਸਿਰ ਜਿਹਾ ਲਾ ਲਿਆ ਕਰਾਂ ਇਹਦੇ ਨਾਲ ਤੁਸੀਂ ਜਿੱਧਰ ਨੂੰ ਜਾਇਆ ਕਰਿਆ ਐਂ ਕਰੀ ਜਾਇਆ ਕਰਾਂ ਜੱਗ ਨਾਲ ਜੋ ਵੀ ਅਸੀਂ ਦੁੱਧ ਚੋਂ ਲੈ ਜੇ ਬਠਿੰਡੇ ਜ਼ਿਲ੍ਹੇ ਦੇ ਅਤੇ ਉੱਥੇ ਇਹਦਾ 3ਜਾ ਨੰਬਰ ਜੀ ਮੇਰੀ 4ਥਾ ਨੰਬਰ ਜੀ ਇੱਕ ਮੱਝ ਹੋਰ ਸੀ ਉਹਦਾ 3ਜਾ ਨੰਬਰ ਜੀ ਅਤੇ ਯਾਨੀ ਕਿ ਉਦੋਂ ਵੀ ਇਹਨੇ ਦੁੱਧ ਚਲਾਇਆ ਤਾਂ ਬੱਚਾ ਮਰ ਗਏ ਫਿਰ ਕੱਟੇ ਜਾ ਰਹੇ ਕੱਟਿਆ ਤੋਂ ਬਾਅਦ ਹੁਣ ਇਹਦੇ ਥੋੜ੍ਹੇ ਵੀਰ ਕੱਟਾ ਪਰ ਮਗਰਲੀ ਕੱਟੀ ਸੀ ਜਿਹੜੀ ਉਹ ਬੱਲੀ ਸੀ ਉਹ ਬੱਲੀ ਕੱਟੀ ਆ ਗਈ ਸੀਗੀ ਅਤੇ ਚੰਗਾ ਪਹੁੰਚ ਮੈਮਰੀ ਮੈਂ ਕੀ ਕੁੱਖ ਵੱਡੀ ਆ ਉਹ ਦੁੱਧ ਘੱਟ ਦਿੰਦੀਆਂ ਵਿੱਚ ਹੁਣ ਸਾਨੂੰ ਸਮਝਾਇਆ ਗਿਆ ਜੀ ਕਹਿੰਦੇ ਕੁੱਖ ਵੱਡੀ ਆ ਉਹ ਦੁੱਧ ਘੱਟ ਦਿੰਦੀਆਂ ਕੁੱਖ ਵੱਡੀ ਵਾਲੀ ਵੀ ਦੇਖੀ ਆ ਉਹ ਦੁੱਧ ਸਾਨੂੰ ਕਦੀ ਛੋਟੀਆਂ ਕੁੱਖਾਂ ਜਿਹਨੇ ਖਾਂ ਵੇਖੀਆਂ ਇਹਦੇ ਨਾਲ ਦੁੱਧ ਜ਼ਿਆਦਾ ਹੈ ਠੀਕ ਹੈ ਮੈਂ ਤਾਂ ਬਸ ਇਹ ਮੰਨਦਾ ਵੀ ਮੱਝ ਨੂੰ ਮੂੰਹ ਨਾ ਦੇਖੋ ਮੱਝ ਥੱਲੇ ਗਏ ਦੇਖੋ ਝੱਡਾ ਭਾਂਡਾ ਕਿਵੇਂ ਉਹਦਾ ਭਾਂਡਾ ਦੇਖਿਆ ਕਿ ਹਾਂ ਯਾਰ ਮਾੜੋ ਗਿੱਠ ਨਿਕਲਦਾ ਭੈਣ ਧੁੰਨੀ ਤੱਕ ਲੱਗ ਗਿਆ ਜੇ ਜਿੱਡਾ ਭਾਂਡਾ ਹੋਊਗਾ ਉਹਦੇ ਦੁੱਧ ਵੱਧ ਹੋਊਗਾ ਜੇ ਆਪਾਂ 5 ਕਿਲੋ ਵਾਲੀ ਚੀਜ਼ ਰੱਖਾਂਗੇ 5 ਕਿਲੋ ਦੁੱਧ ਪੈਣਾ ਨਾ ਬਸ ਮੈਂ ਮੰਨ ਕੇ ਅੱਜ ਤੱਕ ਮੇਰਾ ਇਤਿਹਾਸ ਆ
ਕੋਈ ਮਰਜ਼ੀ ਬੰਦਾ ਕਹਿੰਦੇ ਮੇਲੇ ਵਾਲੀਆਂ ਮੱਝਾਂ, ਆਪਾਂ ਤਾਂ ਲਿਆ ਜੈ ਸਿੰਘ ਦੇ ਘਰੇ, ਉਹ ਵੀ ਕੋਈ ਛੱਡ ਗਿਆ ਸੀ ਤਾਂ ਗਿਆ ਸੀ, ਠੀਕ ਹੈ, ਆਹ ਫੈਕਟਰੀ ਵਾਲੀ ਜਾਂਦੀ ਫੋਨ 'ਤੇ ਬਹਿ ਜੀ, ਆਹ ਲਿਆਉਂਦੀ ਇਹ ਜਾ ਕੇ ਜਾ ਦੂਰੀ ਕਹਿੰਦਾ ਜੀ, ਆਹ ਵੀ ਜਾਂਦੀ ਫੋਨ 'ਤੇ ਚਵਾਈ ਕਰਾ ਕੇ, ਉਹ ਮੁਕਤਸਰ ਵਾਲੇ ਮੇਲੇ ਦੇ ਵਿੱਚ ਹੀ ਲੈ ਬੰਦੇ ਨੂੰ ਐਂ ਫੋਨ 'ਤੇ ਬਹਿੰਦਾ ਸੀ, ਚਵਾਈ ਕਰਾਤੀ ਲੈ ਆਉਂਦੇ ਸੀਗੇ, ਚਾਰ ਤਾਂ ਕਹਿੰਦੇ ਠੱਗੀ ਆਏ ਆ, ਪਰ ਕਿਸੇ ਨੇ ਠੱਗੀ ਨਹੀਂ, ਜਿੰਨੀਆਂ ਵੀ ਮੱਝਾਂ, ਪਰ ਮੈਂ ਜਾ ਕੇ ਨਹੀਂ ਜਾਂਦਾ, ਮੈਂ ਦੋ ਤਿੰਨ ਮੱਝਾਂ ਦੇ ਮੈਂ ਘਰੇ ਗਿਆ ਕਰ ਜਾਂਦਾ, ਤੇਰਾ ਨਾਮ ਬਣਾਉਣਾ ਸੀ ਬਈ, ਧੱਕੇ ਨਾ ਮੈਂ ਧੱਕੇ ਨਾਲ ਹੀ ਆਉਂਦਾ, ਹਾਂ ਜੀ ਧੱਕੇ ਨਾਲ ਆ ਗਿਆ, ਤੇਰਾ ਨਾਮ ਬਣਾਉਣਾ ਬਿਲਕੁਲ ਨਸਲ ਸਿੰਘਾਂ, ਦੇਖੋ ਜੇ ਸਿੰਘਾਂ ਦੀ ਸਕੀਨ ਹੈ, ਪਰ ਜੇ ਉਹ ਸਾਡੇ ਦੁੱਧ ਵੀ ਨਾ ਹੋਏ, ਜਿਹੜੀ ਸਿੰਘਾਂ ਦੀ ਸਕੀਨ ਹੈ ਨਾ ਨਵੇਂ ਬੰਦੇ ਦੀ, ਉਹ ਮੈਂ ਮਿਲਦੀ ਨਾ ਬਾਹਲੀ ਉੱਚੀ, ਹੁਣ ਮੰਡੀ ਗਿਆ ਦੁੱਧ ਉਹਦੇ ਥੱਲੇ ਪਾਉਂਦੀ 8 ਕਿਲੋ ਹੋਵੇ, ਹਾਂ ਇੱਕ ਹੁਣ ਮੱਝ ਹੈ ਦੁੱਧ ਪਾਉਂਦੀ 8 ਕਿਲੋ ਹੋਵੇ, ਉਹਨੂੰ 1.5-2 ਲੱਖ ਰੁਪਏ ਦੀ ਵਿਕਣਾ, ਅਤੇ ਬੰਦਾ ਜੇ ਉਹ ਜੀ ਦੁੱਧ ਦੇ ਹਿਸਾਬ ਨਾਲ ਅਗਲਾ 1.5 ਲੱਖ ਲਾਉਂਦਾ, ਮੁੜ ਕੇ ਕਹਿੰਦਾ ਦੁੱਧ ਵੀ 8 ਕਿਲੋ ਦਿੰਦੀ, ਉਹਨੇ 8 ਹੀ ਦੇਣਾ ਬਾਈ, ਜੇ ਮੰਨ ਲਓ ਆਪਾਂ ਸਿੰਧਾਂ ਕੰਨੀ ਨਾ ਲਿਖੀਏ, ਬਾ ਮੱਝ ਦੀ ਬਾਂਤਰ ਦੇਖ ਲਓ ਵੀ ਯਾਰ ਬੋਡੀ ਕਿਵੇਂ ਆ, ਵੀ ਪਤਲੀ ਜੀ ਤਾਂ ਨਹੀਂ, ਬਾਲੀ ਛੋਟੀ ਜੀ ਤਾਂ ਨਹੀਂ, ਵੀ ਮੱਝ ਦਾ ਯਾਰ ਖੁੱਲ੍ਹਾ ਸਰੀਰ ਹੋ ਗਿਆ, ਹੱਡ ਖੁੱਲ੍ਹਾ, ਜਿਵੇਂ ਖੁੱਲ੍ਹੇ ਹੱਡਾਂ ਦਾ ਆਪਾਂ ਜਿਵੇਂ ਬੰਦੇ ਨੂੰ ਕਹਿੰਦਾ ਵੀ ਖੁੱਲ੍ਹੇ ਹੱਡਾਂ ਦਾ ਯਾਰ, ਬਸ ਉਵੇਂ ਖੁੱਲ੍ਹੇ ਹੱਡਾਂ ਦੀ ਮੱਝ ਦੇਖੋ, ਠੀਕ ਹੈ, ਅਤੇ ਜਿੰਨੀ ਕੁ ਮਤਲਬ ਆਪਾਂ ਕਹਿ ਦਈਏ ਵੀ ਵਧੀਆ, ਅਤੇ ਉਹਦਾ ਆਡਰ ਜ਼ਰੂਰ ਦੇਖੋ ਵੀ ਉਹਦਾ ਆਡਰ ਜੇ ਮੰਨ ਲਓ ਬਾਂਤਰ ਤੱਕ ਲਾ ਲਓ ਮੂੰਹ ਤੱਕ ਬਣਿਆ ਹੋਇਆ, ਜਾਂ ਤੁਹਾਨੂੰ ਤਸੱਲੀ ਆ ਗਈ ਡਾਕਟਰ ਜਦ ਆਪਣੀ ਪਸ਼ੂਆਂ ਦਾ ਹੈਗੀ ਸੀਗਾ, ਚੱਡਾ ਬਹੁਤ ਵੱਡਾ, ਉਹ ਲਓ ਸੂਣ ਤੋਂ ਪਹਿਲਾਂ ਚੱਡਾ ਚੁੱਡਾ ਦੇਖੋ, ਜੇ ਸੂਣ ਤੋਂ ਬਾਅਦ ਲੈਣੀ ਆ ਤਾਂ ਦੁੱਧ ਚਵਾ ਕੇ ਦੇਖੋ, ਦੁੱਧ ਚਵਾਉਣ ਤੋਂ ਬਿਨਾਂ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ, ਹਾਂ ਮੁੜ ਕੇ ਨਾ ਆਪਦੇ ਨਾਲ ਹੋ ਜਾਂਦਾ, ਆਹ ਮੱਝ ਕਈ ਵਾਰੀ ਨਾ ਬੱਚਿਆਂ ਚੰਗੇ ਬੰਦੇ ਵੀ ਲੱਗਦੇ ਨੇ, ਉਹ ਮੱਝ ਠੀਕ ਹੋਈ ਫੈਕਟਰੀ, ਇਹ ਡਰਾਈ ਕਰਦੇ ਮੈਂ ਲੈ ਕੇ ਦਊਂਗਾ, ਸੂਕੀ ਪਹਿਲੀ 8 ਕਿਲੋ ਤੁਸੀਂ ਦੁੱਧ ਨਹੀਂ ਵਧੀ, ਵਿੱਚ ਬੰਦੇ ਕਹਿੰਦੇ ਕੱਟੀ ਬੋਲੀ, ਮੈਂ ਕਿਹਾ ਯਾਰ ਕੱਟੀ ਨਹੀਂ ਬੋਲਦੀ, ਤੋਂ ਕੱਟੀ ਤਾਂ ਕਰਦੀ ਹੈ, ਕੱਟੀ ਨੂੰ ਚਾੜਦੀ ਹੈ, ਦੁੱਧ ਚੁੰਗੀ ਹਰ ਕੋ ਕਰਦੀ ਹੈ, ਇਹ ਨਾ ਦੁੱਧ ਮਤਲਬ ਧਾਰਾਂ ਦੇ ਨਾਲ ਲਾਵੇ, ਇਹ ਮਤਲਬ ਧੋਕੜ ਜਾ ਕੇ 8 ਕਿਲੋ ਦੁੱਧ ਦੇਣ ਲੱਗੀ, ਸੱਜਰ ਦੇ ਤਾਂ 3-4 ਕਿਲੋ ਦੁੱਧ ਹੀ ਸੀ, ਅੱਛਾ 26 ਕਿਲੋ ਦੁੱਧ ਦੇਣ ਲੱਗਾ, 3-4 ਕਿਲੋ ਦੁੱਧ, ਸਕੈਨਾਂ ਕਰਾਈਆਂ ਜਾ ਕੇ ਜੀ, ਇਹਦੇ ਵਿੱਚ ਜਦੋਂ ਸਕੈਨਾਂ ਕਰਾਈਆਂ ਉੱਥੇ ਜਾ ਕੇ ਉੱਥੇ ਯੂਨੀਵਰਸਿਟੀ ਦੇ ਵਿੱਚ, ਉਹ ਕਹਿੰਦੇ ਵੀ ਵੱਡੇ ਭਾਈ ਇਹਦੇ 'ਚ ਕੋਈ ਫਾਲਟ ਨਹੀਂ, ਸਾਰਾ ਚੱਡਾ ਦੇਖ ਰਿਹਾ ਸਹੀ ਹੈ, ਥਣ ਸਹੀ ਹੈ, ਇਹਦੇ ਵਿੱਚ ਬਸ ਜਿਹੜਾ ਹਾਰਮੋਨ ਸੀ ਵੀ ਜਦੋਂ ਤੁਹਾਨੂੰ ਦਿਨ ਯਾਦ ਆਏ ਉੱਧਰੋਂ ਰਹਿ ਗਏ 37 ਦਿਨ, ਉੱਧਰੋਂ ਤੁਸੀਂ ਖੁਰਾਕ ਬੰਦ ਕਰਤੀ, ਜਿਹੜੇ ਟਾਈਮਾਂ ਦੇ ਵਿੱਚ ਇਹਨੇ ਬੋਲੀ ਬਣਾਉਣੀ ਸੀ ਉਦੋਂ ਜਾ ਕੇ ਖੁਰਾਕ ਹੈ ਜਿਹੜੀ ਬੰਦ ਹੋਣ ਲੱਗ ਗਈ, ਬੰਦ ਹੁੰਦੀ ਹੁੰਦੀ ਖੁਰਾਕ ਨੇ ਜਾ ਕੇ ਇਹਨੇ ਹੌਲੀ ਹੌਲੀ ਜਿਹੜਾ ਮਤਲਬ ਸ਼ੇਪ ਆ ਉਹ ਬਣਾਇਆ ਨਹੀਂ, ਜਿੰਨਾ ਕੁ ਦੁੱਧ ਸੀਗਾ ਉਹੀ ਰੋਕੀ ਰੱਖਿਆ, ਜਦੋਂ ਤੁਸੀਂ ਸੂਕੀ ਉਹ 2.5-3 ਕਿਲੋ ਦੁੱਧ ਦੇਣ ਲੱਗ ਗਈ, ਹੌਲੀ ਹੌਲੀ ਦੁੱਧ ਵੀ ਮਤਲਬ ਚੱਲ ਗਈ 8 ਕਿਲੋ, ਇਹਦਾ ਦੁੱਧ ਪੀਂਦਾ ਵੀ ਨਹੀਂ ਆਇਆ ਸੀ, ਨਹੀਂ ਬੋਲੀ ਪੀਣੀ ਆਉਂਦੀ, ਅਤੇ ਇਹਦੇ ਨਾਲ ਆਇਆ ਹੋ ਗਿਆ ਸੀਗਾ ਵੀ ਮੱਝ ਜਾਣੀ ਕਿ ਵੀ ਧੋ ਕੇ ਲਓ, ਨਾਲੇ ਬੰਦੇ ਨੂੰ ਲਾਭ ਆਣੀ, ਹੈ ਨਾ, ਇਹ ਚੱਕਰ ਹੈ ਜੀ।